ਗੁਰੂ ਸਿੱਖ ਦੀ ਸਹਾਇਤਾ ਕਰਦਾ ਪਰ ਸਿੱਖਾ ਮੌਜਾਂ ਕਰ ਆਨੰਦ ਲੈ ਦੁਨੀਆ ਦੇ ਰਸ ਭੋਗ ਪਰ ਮਾੜੇ ਨਾ ਜਿਹੜੇ ਗੁਰੂ ਨੇ ਕਿਹਾ ਰੋਕਿਆ ਹੈ ਜਿੱਥੋਂ ਪਰ ਦੋ ਵੇਲਿਆਂ ਚ ਗੁਰੂ ਦੀ ਸ਼ਰਨ ਬਹਿ ਜਾ ਕਰ ਆਣ ਕੇ ਇਹ ਨਾ ਜਾਣਦੇ ਬਾਕੀ ਸਾਰਾ ਟਾਈਮ ਰਾਤ ਸੌਣ ਵਾਸਤੇ ਹੀ ਦਿਨ ਪੂਰਾ ਕੰਮ ਕਰਨ ਵਾਸਤੇ ਆ ਜਿੰਨਾ ਮਰਜ਼ੀ ਕਰ ਵਾਧਾ ਹੋਏਗਾ ਤੈਨੂੰ ਘਾਟੇ ਨਹੀਂ ਪੈਣਗੇ ਯਾਦ ਰੱਖੀ ਅੱਜ ਦਾ ਤੂੰ ਨਿਤਨੇਮ ਅੰਮ੍ਰਿਤ ਵੇਲੇ ਨਹੀਂ ਕੀਤਾ ਸੁੱਤਾ ਪਿਆ ਉੱਠ ਕੇ ਧੰਦੇ ਨੂੰ ਲੱਗ ਗਿਆ ਏ ਧੰਦੇ ਵਿੱਚੋਂ ਤੈਨੂੰ ਲੱਖ ਬਚਿਆ ਏ ਦੋ ਲੱਖ ਬਚਿਆ ਏ ਦੋ ਲੱਖ ਬਚਿਆ ਚਾਹੇ ਲੱਖ ਬਚਿਆ ਏ ਇਹ ਜਾਣ ਲਈ ਕਿ ਇਹ ਅੰਮ੍ਰਿਤ ਨਹੀਂ ਇਹ ਜ਼ਹਿਰ ਹੈ ਇਹ ਬਿਮਾਰੀਆਂ ਤੇ ਇਹ ਕਲੇਸ਼ ਤੇ ਇਹ ਮਾੜੀ ਥਾਂ ਤੇ ਮਾਇਆ ਜਾਏਗੀ ਤੂੰ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਹੈ ਦਿਨ ਦੇ ਸਮੇਂ ਤੈਨੂੰ 50,000 ਦਾ ਘਾਟਾ ਪੈ ਗਿਆ ਲੱਖ ਦਾ ਘਾਟਾ ਪੈ ਗਿਆ ਦੋ ਲੱਖ ਦਾ ਘਾਟਾ ਪੈ ਗਿਆ ਦਿਨ ਦੇ ਸਮੇਂ ਚ ਸਤਿਗੁਰੂ ਤੇਰਾ ਉਹ ਦੋ ਦਾ ਚਾਰ ਗੁਣਾ ਕਰਕੇ ਮੋੜਨਗੇ 8 ਲੱਖ ਦੇਣਗੇ ਲੱਖ ਦਾ ਤੇਰਾ 4 ਲੱਖ ਦੇਣਗੇ ਜਿਸ ਕੀ ਵਸਤ ਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਤੇਰੇ ਘਾਟੇ ਨੂੰ 4 ਗੁਣਾ ਕਰਕੇ ਗੁਰੂ ਨੇ ਦੇਣਾ ਹੈ ਤੇਰੇ ਨਫੇ ਨੂੰ ਤੇਰੇ ਨਫੇ ਨੇ ਜ਼ਹਿਰ ਬਣ ਜਾਣਾ ਹੈ ਤੂੰ ਅੰਮ੍ਰਿਤ ਵੇਲਾ ਹੀ ਨਹੀਂ ਸੰਭਾਲਿਆ ਤੂੰ ਬਾਣੀ ਹੀ ਨਹੀਂ ਪੜ੍ਹੀ ਤੂੰ ਗੁਰੂ ਹੀ ਨਹੀਂ ਮਨਾਇਆ ਉਹ ਤੇਰਾ ਰੱਬ ਰੁੱਸਿਆ ਹੋਇਆ ਜੱਗ ਕਿੱਥੋਂ ਬਣ ਜਾਏਗਾ ਜੇ ਜੱਗ ਨੂੰ ਮਨਾਉਣਾ ਹੀ ਨਾ ਪਹਿਲੋਂ ਆਪਣੇ ਰੱਬ ਨੂੰ ਮਨਾ ਸਾਹਿਬ ਨੂੰ ਮਨਾ ਇੱਕ ਸੱਜਣ ਸਭ ਸੱਜਣਾ ਇੱਕ ਮੈਰੀ ਸਭ ਵਾਰ ਇੱਕ ਸੱਜਣ ਹੋਵੇ ਸਾਰੀ ਦੁਨੀਆ ਸੱਜਣ ਬਣ ਜਾਂਦੀ ਏ ਇੱਕ ਪਾਸਿਓ ਮੂੰਹ ਮੋੜੀਏ ਦੁਨੀਆ ਪਰਮਾਤਮਾ ਦੀ ਏ ਮੂੰਹ ਮੋੜ ਜਾਂਦੀ ਏ ਜ਼ਿੰਦਗੀ ਦਾ ਨੇਮ ਬਣਾਲਾ ਸਾਡੇ ਨਾਲ ਰੋਜ਼ ਹੁੰਦੀਆਂ ਨੇ ਰੋਜ਼ ਬੀਤਦੀਆਂ ਏ ਰੋਜ਼ ਰੋਜ਼ ਸਾਨੂੰ ਪਤਾ ਲੱਗਦਾ ਰੋਜ਼ ਰੋਜ਼ ਦੇ ਅਸੀਂ ਰਿਜ਼ਲਟ ਕੱਢਦੇ ਹਾਂ ਕਿ ਹੋ ਕੀ ਰਿਹਾ ਏ ਅਸੀਂ ਕਰ ਕੀ ਰਹੇ ਹਾਂ ਕਮੀਆਂ ਕੀ ਏ ਪੂਰਾ ਸਾਨੂੰ ਪਤਾ ਏ ਪਰ ਫਿਰ ਵੀ ਅਸੀਂ ਕਲਯੁਗ ਦੇ ਤੱਕੇ ਹੋਏ ਗੁਰੂ ਦੇ ਮਾਰਗ ਤੇ ਤੁਰਨ ਨੂੰ ਤਿਆਰ ਨਹੀਂ ਦੁੱਖ ਸਹੀ ਜਾਣੇ ਹਾਂ।